ਹੈਲੋ ਜੀ ਤੁਹਾਡਾ ਸਾਰਿਆਂ ਦਾ ਪਰਮਜੀਤ ਦੀ ਰਸੋਈ ਵਿੱਚ ਸਵਾਗਤ ਹੈ ਅੱਜ ਮੈਂ ਤੁਹਾਡੇ ਲਈ ਪੇੜੇ ਆ ਦੀ ਰੈਸਪੀ ਲੈ ਕੇ ਆਈਆਂ ਅਸੀਂ ਘਰ ਵਿੱਚ ਪੇੜੇ ਬਣਾਵਾਂਗੇ ਇਹ ਜਿਹੜੇ ਅਸੀਂ ਪੇੜੇ ਬਣਾਣੇ ਆ ਇਹ ਅਸੀਂ ਬਿਨਾਂ ਖੋਏ ਤੋਂ ਬਣਾ ਕੇ ਤਿਆਰ ਕਰਾਂਗੇ ਤੇ ਆਓ ਅਸੀਂ ਬਣਾਈਏ ਸਭ ਤੋਂ ਪਹਿਲਾਂ ਅਸੀਂ ਲੈ ਲਵਾਂਗੇ ਇੱਕ ਫਰਾਈਪੈਨ ਫਰਾਈਪੈਨ ਦੇ ਵਿੱਚ ਅਸੀਂ ਦੁੱਧ ਪਾਵਾਂਗੇ ਦੁੱਧ ਅਸੀਂ ਪਾਵਾਂਗੇ ਇੱਕ ਅਸੀਂ ਕੋਲੀ ਲੈ ਲਈ ਆ ਉਹਦਾ ਆਪਾਂ ਚੌਥਾ ਹਿੱਸਾ ਜਿਹੜਾ ਦੁੱਧ ਦਾ ਪਾ ਦਵਾਂਗੇ ਤੇ ਇੱਕ ਕੋਲੀ ਦਾ ਜਿਹੜਾ ਚੌਥਾ ਹਿੱਸਾ ਹੁੰਦਾ ਉਹ ਅਸੀਂ ਖੰਡ ਪਾਵਾਂਗੇ ਖੰਡ ਪਾਉਣ ਤੋਂ ਬਾਅਦ ਅਸੀਂ ਇਹਦੇ ਵਿੱਚ ਪਾਵਾਂਗੇ 2 ਚਮਚ ਭਰ ਕੇ ਦੇਸੀ ਘਿਓ ਦੇ ਘਿਓ ਪਾਉਣ ਤੋਂ ਬਾਅਦ ਅਸੀਂ ਦੁੱਧ ਖੰਡ ਤੇ ਘਿਓ ਨੂੰ ਤਿੰਨਾਂ ਨੂੰ ਅਸੀਂ ਚੰਗੀ ਤਰ੍ਹਾਂ ਮਿਕਸ ਕਰਾਂਗੇ ਇਹਨੂੰ ਆਪਾਂ ਸਪੈਚੂਲੇ ਦੇ ਨਾਲ ਜਾਂ ਖੜਚੀ ਦੇ ਨਾਲ ਚੰਗੀ ਤਰ੍ਹਾਂ ਘੋਲ ਲਵਾਂਗੇ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਇੱਕ ਕੋਲੀ ਭਰ ਕੇ ਸੁੱਕੇ ਦੁੱਧ ਦੀ ਸੁੱਕਾ ਦੁੱਧ ਪਾਉਣ ਤੋਂ ਬਾਅਦ ਅਸੀਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਇਹਦੇ ਵਿੱਚ ਜਿੰਨਾ ਕ ਅਸੀਂ ਲਿਕਵਿਡ ਦੁੱਧ ਲਿਆ ਸੀ ਉਹਦੇ ਵਿੱਚ ਇੱਕ ਕੋਲੀ ਸੁੱਕੇ ਦੁੱਧ ਦੀ ਬਹੁਤ ਜ਼ਿਆਦਾ ਸੋਹਣੀ ਮਿਕਸ ਹੋ ਜਾਂਦੀ ਹੈ ਵਧੀਆ ਇਹਦੇ ਵਿੱਚ ਹੋਰ ਕੁਝ ਪਾਉਣ ਦੀ ਜ਼ਰੂਰਤ ਨਹੀਂ ਹੈ ਬਸ ਸੁੱਕਾ ਦੁੱਧ ਪਾਉਣ ਤੋਂ ਬਾਅਦ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਗੈਸ ਉੱਤੇ ਹਲੇ ਅਸੀਂ ਫਰਾਈਪੈਨ ਨਹੀਂ ਰੱਖਣਾ ਹੈ ਪਹਿਲਾਂ ਅਸੀਂ ਇਹਨੂੰ ਇਦਾਂ ਹੀ ਮਿਕਸ ਕਰਾਂਗੇ ਚੰਗੀ ਤਰ੍ਹਾਂ ਇਹਨੂੰ ਕਰਾਂਗੇ ਸਪੈਚੂਲੇ ਦੇ ਨਾਲ ਕਿ ਜਿਹੜੇ ਇਹਦੇ ਵਿੱਚ ਗੁੱਠਲੀਆਂ ਵਗੈਰਾ ਨਾ ਪੈਣ ਸੁੱਕਾ ਦੁੱਧ ਜਿਹੜਾ ਸਾਡਾ ਚੰਗੀ ਤਰ੍ਹਾਂ ਮਿਕਸ ਹੋ ਚੁੱਕਾ ਹੈ ਹੁਣ ਅਸੀਂ ਫਰਾਈਪੈਨ ਨੂੰ ਗੈਸ ਦੇ ਉੱਤੇ ਰੱਖ ਦਵਾਂਗੇ ਤੇ ਇਹਨੂੰ ਅਸੀਂ ਗੈਸ ਦੇ ਉੱਤੇ ਪਕਾਵਾਂਗੇ ਜਦੋਂ ਅਸੀਂ ਇਹਨੂੰ ਗੈਸ ਉੱਤੇ ਰੱਖਣਾ ਹੈ ਇਹਨੂੰ ਆਪਾਂ ਸਿਰਫ 5 ਮਿੰਟ ਤੱਕ ਪਕਾਵਾਂਗੇ ਜਿਹੜੀ ਗੈਸ ਹੈਗੀ ਆਪਾਂ ਬਿਲਕੁਲ ਸਲੋ ਤੋਂ ਮੀਡੀਅਮ ਤੇ ਰੱਖਣਾ ਹੈ ਤੇਜ਼ ਬਿਲਕੁਲ ਗੈਸ ਨਹੀਂ ਕਰਨੀ ਇਹਨੂੰ ਆਪਾਂ ਸਾੜਨਾ ਨਹੀਂ ਐ ਮੱਠੇ 'ਚ ਸੇਕ ਉੱਤੇ ਪਕਾਣਾ ਹੈ 5 ਮਿੰਟ ਤੱਕ ਜਿਹੜਾ ਸਾਡਾ ਇਹ ਵਾਲਾ ਖੋਆ ਬਣ ਕੇ ਤਿਆਰ ਹੋ ਜਾਏਗਾ 5 ਮਿੰਟ ਤੱਕ ਜਿਹੜਾ ਇਹ ਸਾਡਾ ਪੱਕ ਜਾਏਗਾ ਕੜਛੀ ਨੂੰ ਆਪਾਂ ਲਗਾਤਾਰ ਚਲਾਉਂਦੇ ਰੱਖਣਾ ਹੈ ਮਾੜਾ ਜਿਹਾ ਵੀ ਸਾਡਾ ਧਿਆਨ ਇੱਧਰ ਉੱਧਰ ਗਿਆ ਜਿਹੜਾ ਸਾਡਾ ਇਹ ਖੋਇਆ ਹੈਗਾ ਇਹ ਸੜ ਜਾਏਗਾ ਥੱਲੇ ਲੱਗ ਜਾਏਗਾ ਤੇ ਇਸ ਕਰਕੇ ਲਗਾਤਾਰ ਆਪਾਂ ਕੜਛੀ ਨੂੰ ਚਲਾਉਂਦੇ ਰੱਖਾਂਗੇ ਥੋੜਾ ਜਿਹਾ ਅਸੀਂ ਇਹਦੇ ਵਿੱਚ ਇਲਾਚੀ ਪਾウダー ਪਾ ਦਵਾਂਗੇ ਤੇ ਨੂੰ ਆਪਾਂ ਹੁ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਅਸੀਂ ਇਹਨੂੰ 10 ਡੇਰ ਤੱਕ ਪਕਾਉਣਾ ਹੈ ਜਿੰਨੀ ਦੇਰ ਤੱਕ ਜਿਹੜਾ ਸਾਡਾ ਇਹ ਮਟੀਰੀਅਲ ਹੈਗਾ ਸਾਡਾ ਜਿਹੜਾ ਖੋਇਆ ਬਣ ਕੇ ਤਿਆਰ ਨਹੀਂ ਹੋ ਜਾਂਦਾ ਜਿੰਨੀ ਦੇਰ ਤੱਕ ਇਹ ਫਰਾਈਪੈਨ ਨੂੰ ਨਹੀਂ ਛੱਡਦਾ ਇਕੱਠਾ ਨਹੀਂ ਹੁੰਦਾ ਜਦੋਂ ਅਸੀਂ ਕੜਾਹ ਬਣਾਉਂਦੇ ਨਾ ਕੜ ਜਿਹੜਾ ਸਾਡਾ ਇਹ ਖੋਇਆ ਹੈਗਾ ਇਕੱਠਾ ਹੋਣਾ ਸ਼ੁਰੂ ਹੋ ਗਿਆ ਹੈ ਤੇ ਆਪਾਂ ਇਹਨੂੰ ਥੋੜੀ देर ਹੋਰ ਪਕਾਵਾਂਗੇ ਜਦੋਂ ਸਾਡਾ ਖੋਇਆ ਇਸ ਤਰ੍ਹਾਂ ਦਾ ਹੋ ਜਾਏਗਾ ਦੇਖੋ ਜਿਹੜਾ ਫਰਾਈਪੈਨ ਇਹਨੇ ਛੱਡਣਾ ਸ਼ੁਰੂ ਕਰ ਦਿੱਤਾ ਹੈ ਸਾਈਡਾਂ ਤੇ ਜਦੋਂ ਚਿੱਟਾ-ਚਿੱਟਾ ਜੰਮਣਾ ਸ਼ੁਰੂ ਹੋ ਜਾਂਦਾ ਨਾ ਸੁੱਕਾ ਦੁੱਧ ਤੇ ਇੱਥੋਂ ਪਤਾ ਲੱਗ ਜਾਂਦਾ ਕਿ ਜਿਹੜਾ ਸਾਡਾ ਖੋਇਆ ਬਣ ਕੇ ਤਿਆਰ ਹੋ ਚੁੱਕਾ ਹੈ ਹੁਣ ਅਸੀਂ ਗੈਸ ਨੂੰ ਬੰਦ ਕਰ ਦਵਾਂਗੇ ਇੱਕ ਕਸੀ ਪਲੇਟ ਲੈ ਲਵਾਂਗੇ ਇਹਦੇ ਵਿੱਚ ਜਿਹੜਾ ਅਸੀਂ ਜਿਹੜਾ ਖੋਆ ਤਿਆਰ ਕੀਤਾ ਹੈ ਪੇੜਿਆਂ ਵਾਸਤੇ ਉਹਨੂੰ ਕੱਢ ਕੇ ਰੱਖ ਲਵਾਂਗੇ ਤੇ ਜਿਹੜਾ ਸਪੈਚੂਲਾ ਹੈਗਾ ਉਹਨੂੰ ਆਪਾਂ ਇੱਕ ਚਮਚ ਦੇ ਨਾਲ ਚੰਗੀ ਤਰ੍ਹਾਂ ਸਾਫ਼ ਕਰ ਲਵਾਂਗੇ ਪਹਿਲਾਂ ਅਸੀਂ ਜਿਹੜਾ ਖੋਆ ਹੈ ਇਹਨੂੰ ਠੰਡਾ ਹੋਣ ਦਵਾਂਗੇ ਠੰਡਾ ਹੋਣ ਤੋਂ ਬਾਅਦ ਹੀ ਅਸੀਂ ਇਹਦੇ ਪੇੜੇ ਬਣਾਉਣੇ ਸ਼ੁਰੂ ਕਰਾਂਗੇ ਹੱਥਾਂ ਨੂੰ ਆਪਾਂ ਥੋੜਾ ਜਿਹਾ ਦੇਸੀ ਕੀਓ ਪਹਿਲਾਂ ਲਗਾ ਲਵਾਂਗੇ ਤੇ ਜਿਹੜਾ ਇਹ ਆਪਾਂ ਖੋਆ ਤਿਆਰ ਕੀਤਾ ਹੈ ਇਹਨੂੰ ਆਪਾਂ ਹੁਣ ਠੰਡਾ ਹੋਣ ਤੋਂ ਬਾਅਦ ਅਸੀਂ ਇਹਨੂੰ ਚੱਕ ਲਵਾਂਗੇ ਤੇ ਇਹਦਾ ਇੱਕ ਵੱਡਾ ਜਿਹਾ ਪੇੜਾ ਬਣਾ ਕੇ ਅਸੀਂ ਤਿਆਰ ਕਰ ਲਵਾਂਗੇ ਇੱਕ ਵਾਰੀ ਪਹਿਲਾਂ ਅਸੀਂ ਹੱਥ ਨਾਲ ਚੰਗੀ ਤਰ੍ਹਾਂ ਮਲ ਕੇ ਇਹਨੂੰ ਰੱਖ ਲਵਾਂਗੇ ਤੇ ਹੁਣ ਅਸੀਂ ਹੱਥਾਂ ਨੂੰ ਫੇਰ ਕਿਉਂ ਲਾਵਾਂਗੇ ਤੇ ਇਹਦੇ ਛੋਟੇ-ਛੋਟੇ ਪੇੜੇ ਬਣਾਣੇ ਸ਼ੁਰੂ ਕਰਾਂਗੇ ਤੇ ਨਾਲ ਜਿਹੜਾ ਆਪਾਂ ਥੋੜਾ ਜਿਹਾ ਪਿਸਤਾ ਲਿਆ ਹੈ ਉਹਨੂੰ ਆਪਾਂ ਛੋਟਾ-ਛੋਟਾ ਕੱਟ ਕੇ ਰੱਖ ਲਿਆ ਹੈ ਇਹ ਅਸੀਂ ਇਹਦੇ ਉੱਪਰ ਲਾਵਾਂਗੇ ਜੇਕਰ ਤੁਹਾਡੇ ਕੋਲ ਬਦਾਮ ਹੈ ਤੁਸੀਂ ਬਦਾਮ ਵੀ ਲਗਾ ਸਕਦੇ ਹੋ ਜਿਹੜਾ ਵੀ ਡਰਾਈ ਫਰੂਟ ਹੈਗਾ ਤੁਸੀਂ ਇਹਦੇ ਉੱਪਰ ਲਗਾ ਸਕਦੇ ਹੋ ਇਸ ਤਰ੍ਹਾਂ ਆਪਾਂ ਪਹਿਲਾਂ ਇਹਦੇ ਛੋਟੇ-ਛੋਟੇ ਪੇੜੇ ਬਣਾਵਾਂਗੇ ਜਿਸ ਤਰ੍ਹਾਂ ਆਪਾਂ ਰੋਟੀ ਬਣਾਉਂਦੇ ਹਾਂ ਗੋਲ-ਗੋਲ ਪੇੜਾ ਬਣਾਉਣ ਤੋਂ ਬਾਅਦ ਇਹ ਇਸ ਤਰ੍ਹਾਂ ਆਪਾਂ ਥੋੜੇ ਫਲੈਟ ਫਲੈਟ ਜਿਹੜੇ ਪੇੜੇ ਬਣਾ ਕੇ ਤਿਆਰ ਕਰ ਲਵਾਂਗੇ ਜੇਕਰ ਤੁਸੀਂ ਗੋਲ ਸ਼ੇਪ ਚ ਬਣਾਉਣਾ ਚਾਹੁੰਦੇ ਹੋ ਰਸਬੋਲੇ ਵਾਂਗ ਜਿੱਦਾਂ ਨਾਰੀਅਲ ਦੇ ਲੱਡੂ ਹੁੰਦੇ ਤੁਸੀਂ ਉਸ ਤਰ੍ਹਾਂ ਵੀ ਬਣਾ ਸਕਦੇ ਹੋ ਪਰ ਜਿਹੜੇ ਪੇੜੇ ਆ ਉਹ ਇੱਦਾਂ ਜ਼ਿਆਦਾ ਸੋਹਣੇ ਲੱਗਦੇ ਨੇ ਇਸ ਤਰ੍ਹਾਂ ਅਸੀਂ ਜਿਹੜੇ ਸਾਰੇ ਪੇੜੇ ਬਣਾ ਕੇ ਪਹਿਲਾਂ ਤਿਆਰ ਕਰ ਲਵਾਂਗੇ ਦੇਖੋ ਇਹ ਜਿਹੜੀ ਰੈਸਪੀ ਹੈਗੀ ਬਹੁਤ ਹੀ ਜ਼ਿਆਦਾ ਸੌਖੀ ਆ ਹਰ ਕੋਈ ਬੰਦਾ ਨੂੰ ਘਰ ਵਿੱਚ ਬਣਾ ਸਕਦਾ ਹੈ ਜੇ ਕੋਈ ਅਣਜਾਣ ਤੋਂ ਅਣਜਾਣ ਵੀ ਹੈ ਇਹਦੇ ਵਿੱਚ ਕੁਝ ਵੀ ਔਖਾ ਨਹੀਂ ਹੈਗਾ ਇਸੇ ਤਰ੍ਹਾਂ ਹੀ ਅਸੀਂ ਆਪਣੇ ਸਾਰੇ ਪੇੜੇ ਬਣਾ ਕੇ ਤਿਆਰ ਕਰ ਲਵਾਂਗੇ ਬਹੁਤ ਸੋਖੇ ਨੇ ਬਣਾਉਣੇ ਹਰ ਕੋਈ ਇਹਨੂੰ ਘਰ ਵਿੱਚ ਟਰਾਈ ਕਰੇ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਜਰੂਰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਤੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਇਹ ਪੇੜਿਆਂ ਦੀ ਰੈਸਪੀ ਕਿਸ ਤਰ੍ਹਾਂ ਦੀ ਲੱਗੀ ਆ ਤੇ ਮਿਲਦੇ ਆਂ ਤੁਹਾਨੂੰ ਫਿਰ ਕੋਈ ਅਗਲੀ ਨਵੀਂ ਵੀਡੀਓ ਦੇ ਵਿੱਚ